ਪੰਜਾਬ 'ਚ ਨਾਰਕੋਟੈਕਸ ਕੰਟਰੋਲ ਬਿਊਰੋ ਦੇ ਦੁਆਰਾ ਨਸ਼ੇ ਦੇ ਇੱਕ ਅੰਤਰਰਾਸ਼ਟਰੀ ਨੈਟਵਰਕ ਦਾ ਭੰਡਾਫੋੜ ਕੀਤਾ ਗਿਆ ਹੈ, ਜਿਸ 'ਚ ਕਿ ਕੈਨੇਡਾ ਅਤੇ ਸਾਊਥ ਅਮਰੀਕਾ ਤੋਂ ਆਏ ਨਸ਼ੇ ਕੋਕੇਨ ਅਤੇ ਹਸ਼ੀਸ਼ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ। ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕੈਨੇਡਾ, ਆਸਟ੍ਰੇਲੀਆ, ਜਲੰਧਰ ਅਤੇ ਅੰਮ੍ਰਿਤਸਰ ਦੇ ਨਾਲ ਜੁੜਿਆ ਹੋਇਆ ਹੈ। ਨਾਰਕੋਟੈਕਸ ਕੰਟਰੋਲ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਇੱਕ ਖੇਪ ਫੰਦਾ ਤੋਂ ਦਿੱਲੀ 'ਚ ਆ ਰਹੀ ਹੈ, ਜਿਸ ਦੇ ਲਈ ਇੱਕ ਪੈਕਿੰਗ ਮਸ਼ੀਨ ਦੇ ਅੰਦਰ ਇਸ ਕੋਕੇਨ ਨੂੰ ਲੁਕੋ ਕੇ ਭੇਜਿਆ ਗਿਆ ਸੀ ਅਤੇ ਜਦ ਕੋਰੀਅਰ ਦੇ ਮਾਧਿਅਮ ਤੋਂ ਇਹ ਮਸ਼ੀਨ ਦਿੱਲੀ ਆਈ ਤਾਂ ਉਸ ਪੈਕਟ ਨੂੰ ਖੋਲਿਆ ਗਿਆ, ਜਿਸ 'ਚ ਮਸ਼ੀਨ ਦੇ ਅੰਦਰ ਤੋਂ 400 ਗ੍ਰਾਮ ਦੇ ਕਰੀਬ ਹਸ਼ੀਸ਼ ਅਤੇ ਕੋਕੇਨ, ਜਿਸ ਦਾ ਇਸਤੇਮਾਲ ਅਮਰੀਕਾ ਅਤੇ ਕੈਨੇਡਾ 'ਚ ਹੁੰਦਾ ਹੈ, ਉਸ ਨੂੰ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਇੱਕ ਫਿਲਮ ਦੀ ਕਹਾਣੀ ਨਾਰਕੋਟੈਕਸ ਕੰਟਰੋਲ ਬਿਊਰੋ ਦੁਆਰਾ ਰਚੀ ਗਈ, ਇਸ 'ਚ ਕਿ ਨਾਰਕੋਟੈਕਸ ਕੰਟਰੋਲ ਬਿਊਰੋ ਦਾ ਇੱਕ ਕਰਮਚਾਰੀ ਕੋਰੀਅਰ ਵਾਲਾ ਬਣ ਕੇ ਉਹ ਡਿਲੀਵਰੀ ਨੂੰ ਜਲੰਧਰ ਦੇਣ ਲਈ ਗਿਆ ਅਤੇ ਉਸ ਤੋਂ ਇੱਕ ਯੋਗੇਸ਼ ਨਾਮ ਦੇ ਨੌਜਵਾਨ ਨੇ ਉਹ ਕੁਰੀਅਰ ਲਿਆ। ਜਿਵੇਂ ਹੀ ਯੋਗੇਸ਼ ਇਸ ਨੂੰ ਲੈਣ ਲਈ ਆਇਆ ਤਾਂ ਉਸ ਨੂੰ ਫੜ ਲਿਆ ਗਿਆ, ਪਰ ਬਾਅਦ 'ਚ ਇਹ ਗੱਲ ਸਾਹਮਣੇ ਆਈ ਕਿ ਯੋਗੇਸ਼ ਇੱਕ ਛੋਟੀ ਮੱਛੀ ਹੈ ਅਤੇ ਅਸ਼ਿੰਦਰ ਸਿੰਘ ਇੱਕ ਵੱਡਾ ਤਸਕਰ ਹੈ, ਜੋ ਕਿ ਜਲੰਧਰ ਅਤੇ ਅੰਮ੍ਰਿਤਸਰ 'ਚ ਵਿਦੇਸ਼ੀ ਨਸ਼ੇ ਨੂੰ ਲੈ ਕੇ ਆਉਂਦਾ ਹੈ, ਜੋ ਕਿ ਆਸਟ੍ਰੇਲੀਆ 'ਚ 8 ਸਾਲ ਤੋਂ ਰਹਿ ਰਿਹਾ ਹੈ। ਉੱਥੇ ਵੀ ਇਹ ਨਸ਼ੇ ਨੂੰ ਕੈਨੇਡਾ ਤੋਂ ਲਿਆ ਕੇ ਵੇਚਦਾ ਹੈ ਅਤੇ ਉਹ ਇਸ ਨਸ਼ੇ ਨੂੰ ਕੈਨੇਡਾ ਤੋਂ ਲਿਆ ਕੇ ਵੇਚਦਾ ਹੈ, ਜਿਸ ਤੋਂ ਬਾਅਦ ਉਹ ਮੁੰਬਈ 'ਚ ਆ ਗਿਆ ਅਤੇ ਇਸ ਨਸ਼ੇ ਨੂੰ ਵੇਚਣ ਲੱਗਿਆ ਅਤੇ ਨਸ਼ੇ ਦੇ ਨਾਲ ਫੜਿਆ ਗਿਆ, ਜਿਸ ਤੋਂ ਬਾਅਦ ਉਹ ਜ਼ਮਾਨਤ ਤੇ ਬਾਹਰ ਆਇਆ ਅਤੇ ਉਹ ਇਸ ਨਸ਼ੇ ਨੂੰ ਪੰਜਾਬ 'ਚ ਲਿਆਉਣ ਦਾ ਕੰਮ ਕਰਨ ਲੱਗਿਆ, ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕਹਿਣਾ ਹੈ ਕਿ ਪੰਜਾਬ 'ਚ ਅਜਿਹਾ ਨਸ਼ਾ ਪਹਿਲੀ ਵਾਰ ਆਇਆ ਹੈ ਅਤੇ ਇਸ ਦਾ ਇਸਤੇਮਾਲ ਅਕਸਰ ਰੇਪ ਪਾਰਟੀ ਅਤੇ ਬੜੇ ਲੋਕਾਂ ਦੀ ਪਾਰਟੀਆਂ 'ਚ ਹੁੰਦਾ ਹੈ। ਸਰ, ਕੀ ਕਹਿਣਾ ਚਾਹੇਂਗੇ, ਇਹ ਜੋ ਖੇਪ ਪਕੜੀ ਹੈ, ਕੀ ਕਹਿਣਾ ਚਾਹੇਂਗੇ? ਇਹ NCB ਅੰਮ੍ਰਿਤਸਰ ਯੂਨਿਟ ਕੋ ਇੱਕ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਗੈਂਗ ਕਾ ਪਰਦਾਫਾਸ਼ ਕਰਨੇ ਮੇਂ ਸਫਲਤਾ ਮਿਲੀ ਹੈ। ਇਹ ਗੈਂਗ ਕਾਫੀ ਸਮੇਂ ਸੇ ਐਕਟਿਵ ਹੈ ਔਰ ਕੇਵਲ ਦਿੱਲੀ, ਮੁੰਬਈ ਔਰ ਪੰਜਾਬ ਹੀ ਨਹੀਂ ਬਲਕਿ ਕੈਨੇਡਾ, ਆਸਟ੍ਰੇਲੀਆ ਔਰ ਦੂਸਰੀ ਕੰਟਰੀਜ਼ ਮੇਂ ਵੀ ਸਕ੍ਰਿਯ ਹੈ। ਇਸਕੀ ਸ਼ੁਰੂਆਤ ਦਿੱਲੀ ਸੇ ਹੋਈ, ਜਬ ਇੱਕ ਕੰਸਾਈਨਮੈਂਟ ਪਲਾਟਰ ਮਸ਼ੀਨ ਕਾ ਕੈਨੇਡਾ ਸੇ ਦਿੱਲੀ ਆਇਆ ਔਰ ਉਹ ਸਸਪੀਸ਼ੀਅਸ ਲਗਾ ਤੋ ਉਸਕੀ ਇਨਫੋਰਮੇਸ਼ਨ NCB ਯੂਨਿਟ ਦਿੱਲੀ ਤੱਕ ਪਹੁੰਚੀ। ਜਬ NCB ਦਿੱਲੀ ਨੇ ਉਸਕੀ ਜਾਂਚ ਕੀ ਔਰ ਉਸੇ ਖੋਲਾ ਤੋ ਪਾਇਆ ਕਿ ਉਸਕੇ ਅੰਦਰ ਸਾਊਥ ਅਮੇਰੀਕਨ ਓਰਿਜਿਨ ਕਾ ਕੋਕਿਨ ਰੱਖਾ ਗਿਆ ਹੈ, ਜੋ ਲਗਭਗ 422 ਗ੍ਰਾਮ ਥਾ। ਇਹ ਕਾਫੀ ਆਪਣੇ ਆਪ ਮੇਂ ਇੱਕ ਪਹਿਲਾ ਕੇਸ ਥਾ, ਜਿਸ ਮੇਂ ਇੱਕ ਪਲਾਟਿੰਗ ਮਸ਼ੀਨ ਕੇ ਅੰਦਰ ਪਾਰਟਸ ਕੇ ਅੰਦਰ ਕੋਕਿਨ ਡਾਲ ਕੇ ਲਾਇਆ ਗਿਆ ਹੋ ਔਰ ਉਹ ਵੀ ਕੈਨੇਡਾ ਸੇ ਇੰਡੀਆ ਆਇਆ ਥਾ। ਇਮੀਡੀਏਟਲੀ ਹਮਨੇ ਉਸਕੀ ਜਾਂਚ ਸ਼ੁਰੂ ਕਰੀ ਔਰ ਆਈਡੈਂਟੀਫਾਈ ਕੀਆ ਕਿ ਜੋ ਕੰਸਾਈਨੀ ਥਾ ਉਹ ਜਲੰਧਰ ਕਾ ਥਾ। ਉਸਕੇ ਬਾਅਦ ਇੱਕ ਕੰਟਰੋਲ ਡਿਲੀਵਰੀ ਆਪਰੇਸ਼ਨ ਹੁਆ, ਜਿਸ ਮੇਂ ਇੱਕ ਪੈਕੇਜ ਉਸੀ ਕੁਰੀਅਰ ਕੇ ਮਾਧਿਅਮ ਸੇ ਜਲੰਧਰ ਮੇਂ ਡਿਲੀਵਰ ਕੀਆ ਗਿਆ ਔਰ ਜਿਸ ਮੇਂ NCB ਕੇ ਆਫੀਸਰਸ ਵੀ ਥੇ। ਤੋ ਜੋ ਰੈਸੀਪੀਐਂਟ ਥਾ ਜਿਸਨੇ ਉਸਕੋ ਰਿਸੀਵ ਕੀਆ, ਉਸਕਾ ਨਾਮ ਯੋਗੇਸ਼ ਹੈ, ਉਸਕੋ ਹਿਰਾਸਤ ਮੇਂ ਲਿਆ ਗਿਆ। ਉਸਸੇ ਪੁੱਛਤਾਛ ਕੀ ਗਈ ਤੋ ਪਤਾ ਚਲਾ ਕਿ ਉਸੇ ਕੇਵਲ ਕੰਸਾਈਨਮੈਂਟ ਰਿਸੀਵ ਕਰਨੇ ਕੀ ਜਾਣਕਾਰੀ ਥੀ ਔਰ ਉਸਕੇ ਪਿੱਛੇ ਬੜੇ ਸਮਗਲਰਸ ਔਰ ਟ੍ਰੈਫਿਕਰਸ ਜੁੜੇ ਹੋਏ ਥੇ। ਫਿਰ ਉਸਕੀ ਪੁੱਛਤਾਛ ਮੇਂ ਔਰ ਅੰਮ੍ਰਿਤਸਰ ਯੂਨਿਟ NCB ਕੀ ਔਰ ਚੰਡੀਗੜ੍ਹ ਯੂਨਿਟ ਨੇ ਤਹਕੀਕਾਤ ਪ੍ਰਾਰੰਭ ਕੀ ਔਰ ਹਮ ਲੋਗੋਂ ਨੇ ਜੀਰੋ ਆਨ ਕੀਆ ਜੋ ਵਿਅਕਤੀ ਇਸਕੇ ਪਿੱਛੇ ਹੋ ਸਕਤਾ ਹੈ। ਤੋ ਅਕਸ਼ਿੰਦਰ ਸਿੰਘ ਨਾਮ ਕਾ ਇੱਕ ਵਿਅਕਤੀ ਜੋ ਜਲੰਧਰ ਮੇਂ ਰਹਿਤਾ ਹੈ ਆਪਣੇ ਪੁਸ਼ਤੈਨੀ ਘਰ ਮੇਂ, ਉਸਕੀ ਪਹਿਚਾਨ ਹੋਈ ਜੋ ਉਹ ਸੰਭਾਵਿਤ ਹੋ ਸਕਤਾ ਹੈ, ਲੇਕਿਨ ਉਹ ਆਪਣੇ ਘਰ ਸੇ ਫਰਾਰ ਹੋ ਗਿਆ ਥਾ ਜਬ ਵਹਾਂ ਟੀਮ ਪਹੁੰਚੀ ਤੋ ਔਰ ਉਹ ਅੰਮ੍ਰਿਤਸਰ ਔਰ ਦੂਸਰੇ ਜਗ੍ਹਾ ਪੇ ਥਾ। ਫਿਰ ਉਸਕੋ ਹਮਨੇ ਫਾਈਨਲੀ ਪੱਟੀ ਮੇਂ ਲੋਕੇਟ ਕੀਆ ਔਰ ਤਰਨ ਤਾਰਨ ਪੁਲਿਸ ਕੇ ਸਹਿਯੋਗ ਸੇ ਉਸਕੋ ਗ੍ਰਿਫਤਾਰ ਕਰ ਪਾਇਆ। ਫਿਰ ਉਸਕੇ ਜਲੰਧਰ ਮੇਂ ਲੋਕਲ ਪੁਲਿਸ ਔਰ SDF ਕੇ ਸਹਿਯੋਗ ਸੇ ਉਸਕੇ ਘਰ ਕੀ ਤਲਾਸ਼ੀ ਲੀ ਗਈ
तो पुनः हमें एक ड्रग की काफ़ी क्वांटिटीज वहाँ मिली, 115 ग्राम कोकीन मिला, 17 ग्राम सुडोफेड्रिन मिला, फिर 80 वो ग्राम करीब हशीश ऑयल के स्ट्रिप्स मिले और भी पाउडर्स और दूसरे ड्रग्स मिले हैं जिसको आइडेंटिफाई किया जा रहा है, संभवतः वो कटिंग एजेंट बतौर भी इस्तेमाल किए जाते हैं। लेकिन मुख्य पक्ष ये था कि जो कोकीन और हशीश ऑयल के स्ट्रिप्स मिले वो सामान्यतः इस क्षेत्र में इस्तेमाल नहीं होते हैं। कोकीन भी पंजाब में कोई गैंग के द्वारा इस्तेमाल करने की अभी तक इस प्रकार की सूचना नहीं थी, तो वो काफ़ी संदेहास्पद था। फिर उसे डिटेल्ड विस्तृत पूछताछ की गई और जो बाकी जो डॉट्स हैं उसको कनेक्ट किया गया, पता चला कि इंटरनेशनल ट्रैफिकिंग गैंग है जो जिसमें कई इंडियंस भी शामिल हैं और विदेशी भी हैं और जो पूरे विभिन्न देशों में कनाडा से ऑस्ट्रेलिया, कनाडा से इंडिया या दूसरी जगहों पर ड्रग सप्लाई करता है, उस गिरोह का ये पार्ट है। कई कंसाइनमेंट दूसरी कंट्रीज में पकड़े गए हैं जिसकी इन्फॉर्मेशन हम तक है और संभावना है कि इस गिरोह के तार वहाँ तक जुड़े हुए हैं। कम से कम अक्षिंदर सिंह के बारे में अभी तक की जांच से ये पाया गया है कि वो इसमें इन्वॉल्व है और ये भी पाया गया कि वो ऑस्ट्रेलिया में 8-9 साल रहा हुआ है और ऑस्ट्रेलिया में उसने शादी भी करी थी, वहाँ पहले होटल भी चलाता था, फिर वापस इंडिया आ गया तो 2018 में DRI के द्वारा एक केटामिन के केस में मुंबई में गिरफ्तार हुआ और 8-9 महीने जेल में रहा, फिर वो मार्च में छूटा, उसके बाद पुनः वो सक्रिय हो गया। तो उसने इस पूरे गिरोह के जो बाकी सदस्य हैं उनकी जानकारी भी हम प्राप्त कर रहे हैं, तहकीकात की जा रही है, उनको आइडेंटिफाई किया जा रहा है। एक काफ़ी बड़ा गैंग जो विशेष करके पंजाब में एक नया ड्रग सप्लाई कर रहा था, नया ड्रग कल्चर की शुरुआत करने का प्रयास किया कर रहा था, उसे हम रोकने में कामयाब हुए हैं। सर, इसका इस्तेमाल कहाँ पे होता है इस ड्रग्स का? ये ड्रग्स जो कोकीन वगैरह काफ़ी हाई क्वालिटी की कोकीन है जो मुख्यतः रेप पार्टीज में या जो बड़े पैसे वाले हैं वही उपयोग कर पाते हैं, क्योंकि इंडिया में बहुत एक्सपेंसिव है तो सामान्य लोग इसका इस्तेमाल नहीं कर पाते हैं। अक्सर देखो में आया भारत से दूसरे देशों में जाती है, एक्सपोर्ट रूट माना जाता है, ये कैसा एक्सपोर्ट रूट जो नया है? ऐसा ड्रग है जो हमेशा बाहर से इंडिया ही आता है, लेकिन अभी तक इसमें वेस्ट अफ्रीकन या अमेरिकन वो लाते थे वहाँ से और वो ला करके या तो स्वेलवर के रूप में या अपने सामान में लाते थे और काफ़ी रिकवरी भी हमने दिल्ली में करी है जो मेनली दिल्ली, मुंबई, गोवा वहाँ की पार्टियों के लिए, वहाँ के लोगों के लिए रहती है। लेकिन ये अपने आप में अनूठा है कि एक कार्गो के माध्यम से कनाडा से साउथ अमेरिकन कोकीन जलंधर या पंजाब में लाया जा रहा है, तो एक बिल्कुल ही नया एंगल पूरे ड्रग ट्रैफिकिंग सिनेरियो में जुड़ गया है। किसके तार कौन कौन मिली है उसमें? इसके तार इंडिया में तो दिल्ली मुंबई से जुड़े ही हैं, लेकिन ऑस्ट्रेलिया और कनाडा से सीधे सीधे जुड़े हैं। इसके ऊपर अभी तो हमने NDPS एक्ट के तहत कार्रवाई की है और मुख्य रूप से हम इस पूरे गिरोह को आइडेंटिफाई करके उनके खिलाफ भी कार्रवाई करेंगे। बुलंद न्यूज़ ली अमृतसर तो सुनील खोसला की रिपोर्ट।